ਤਾ ਵੱਡੀ ਖਬਰ ਆ ਰਹੀ ਹੈ ਕਿ ਪੰਜਾਬੀ ਗਾਇਕ ਗਿੱਪੀ ਗਰਿਆਲ ਦੇ ਕੈਨੇਡਾ ਦੇ ਘਰ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਦੇ ਵੱਲੋਂ ਤਾਬੜ ਤੋੜ ਫਾਇਰੀ ਕੀਤੀ ਜਾ ਰਹੀ ਹੈ ਇੱਕ ਨਹੀਂ ਦੋ ਨਹੀਂ ਦੱਸਿਆ ਜਾ ਰਿਹਾ ਹੈ ਕਿ 10 ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ ਕਿ ਹਾਲਾਂਕਿ ਬਚਾਏ ਰਹਿ ਜਾਂਦਾ ਹੈ ਕਿ ਜਿਸ ਵਕਤੋਂ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਸੀ ਘਰ ਦੇ ਉੱਪਰ ਫਾਇਰੀ ਕੀਤੀ ਜਾ ਰਹੀ ਸੀ ਉਸ ਵਕਤ ਪੰਜਾਬੀ ਗਾਇਕ ਗਿੱਪੀ ਗਰੇਵਾਲ ਦਾ ਜੋ ਪਰਿਵਾਰਕ ਮੈਂਬਰ ਆ ਜਾਂ ਉਹਨਾਂ ਦਾ ਕੋਈ ਬੱਚਾ ਉਹ ਬਾਹਰ ਨਹੀਂ ਸੀ ਬਚਾਏ ਰਹਿ ਜਾਂਦਾ ਪਰ ਉਸ ਵਕਤ ਉਹਨਾਂ ਦੀ ਇੱਕ ਲੈਂਬਰਗਿਨੀ ਗੱਡੀ ਜੋ ਕਿ ਪਿਛਲੇ 1-2 ਮਹੀਨਿਆਂ ਦੇ ਵਿੱਚ ਉਹਨਾਂ ਨੇ ਨਮੀ ਲਈ ਸੀ ਉਹ ਬਾਹਰ ਖੜੀ ਹੁੰਦੀ ਹੈ ਉਸਦੇ ਸੀਸਿਆਂ ਦੇ ਵਿੱਚ ਤਕਰੀਬਨ ਦੱਸਿਆ ਜਾ ਰਿਹਾ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਚਾਰ ਗੋਲੀਆਂ ਲੱਗੀਆਂ ਨੇ ਲੈਂਬਰਗਿਨੀ ਦੇ ਸ਼ੀਸ਼ਿਆਂ ਦੇ ਵਿੱਚ ਤਾਂ ਬਦਮਾਸ਼ਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਗਿੱਪੀ ਗਰੇਵਾਲ ਦੇ ਘਰ ਦੇ ਉੱਪਰ ਹਮਲਾ ਕੀਤਾ ਗਿਆ ਤਾਂ ਇਸੇ ਦੇ ਨਾਲ ਇਸ ਮਾਮਲੇ ਦੇ ਵਿੱਚ ਇਸ ਦੇ ਨਾਲੇ ਕਬੱਡੀ ਅਪਡੇਟ ਇਹ ਵੀ ਆ ਜਾਂਦੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਇੱਕ ਬਦਮਾਸ਼ਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਪਾਈ ਗਈ ਹੈ ਹਾਲਾਂਕਿ ਇਸ ਪੋਸਟ ਦੀ ਪੰਜਾਬ ਨਿਊਜ਼ ਟੀਵੀ ਪੁਸ਼ਟੀ ਨਹੀਂ ਕਰਦਾ ਸਾਡਾ ਅਦਾਰਾ ਇਸ ਪੋਸਟ ਦੀ ਪੁਸ਼ਟੀ ਨੀ ਕਰਦਾ ਪਰ ਇਸ ਪੋਸਟ ਦੇ ਵਿੱਚ ਲਿਖਿਆ ਕਿ ਜੋ ਇਹ ਫਾਇਰਿੰਗ ਕੀਤੀ ਗਈ ਹੈ ਗਿੱਪੀ ਗਰਿਆਲ ਦੇ ਉੱਪਰ ਗਿੱਪੀ ਗਰਿਆਲ ਦੇ ਘਰ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਤਾਬੜ ਤੋੜ ਫਾਇਰਿੰਗ ਕੀਤੀ ਗਈ ਆ ਇਹ ਲਾਰੈਂਸ ਬਿਸ਼ਨੋਈ ਦੇ ਗਰੁੱਪ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਸਲਮਾਨ ਖਾਨ ਦੇ ਨਾਲ ਦੋਸਤੀ ਸੀ ਸਿੱਧੂ ਮੂਸੇਵਾਲ ਦੇ ਨਾਲ ਦੋਸਤੀ ਸੀ ਇਸ ਕਰਕੇ ਗਿੱਪੀ ਗਰਿਆਲ ਦੇ ਉੱਪਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਪਾਈ ਗਈ ਇੱਕ ਫੇਸਬੁੱਕ ਆਈਡੀ ਦੇ ਵੱਲੋਂ ਪੋਸਟ ਪਾਈ ਗਈ ਜਿਸ ਦੇ ਉੱਪਰ ਕਿ ਜ਼ਿੰਮੇਵਾਰੀ ਲਈ ਗਈ ਹੈ ਕਿ ਗਿੱਪੀ ਉਦੇ ਉੱਪਰ ਜੋ ਵੀ ਗੋਲੀਆਂ ਚਲਾਈਆਂ ਗਈਆਂ ਨੇ ਗਿੱਪੀ ਜੋ ਗਿੱਪੀ ਗਰਿਆਲ ਦੇ ਉੱਪਰ ਜੋ ਵੀ ਗੋਲੀਆਂ ਚਲਾਈਆਂ ਗਈਆਂ ਨੇ ਲੌਰੈਂਸ ਬਿਸ਼ਨੋਈ ਦੇ ਗਰੁੱਪ ਦੇ ਵੱਲੋਂ ਚਲਾਈਆਂ ਗਈਆਂ ਨੇ ਹਾਲਾਂਕਿ ਪੰਜਾਬ న్యూਸ ਟੀਵੀ ਸਾਡਾ ਅਦਾਰਾ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਸੋਸ਼ਲ ਮੀਡੀਆ ਤੇ ਕਾਫੀ ਇਹ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਗਿੱਪੀ ਗਰਿਆਲ ਦੇ ਉੱਪਰ ਜੋ ਵੀ ਫਾਇਰਿੰਗ ਹੋਈ ਆ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਉਸ ਦੇ ਜੋ ਜ਼ਿੰਮੇਵਾਰੀਆ ਲੌਰੈਂਸ ਬਿਸ਼ਨੋਈ ਦਾ ਗਰੁੱਪ ਲੈਂਦਾ ਤਾਂ ਇਸ ਦੇ ਵਿੱਚ ਨਾਲ ਹੀ ਇਹ ਵੀ ਲਿਖਿਆ ਗਿਆ ਕਿ ਸਲਮਾਨ ਖਾਨ ਦੇ ਨਾਲ ਜੋ ਦੋਸਤੀ ਆ ਸਿੱਧੂ ਮੂਸੇਵਾਲੇ ਦੇ ਨਾਲ ਦੋਸਤ ਤੁਸੀਂ ਇਸ ਕਰਕੇ ਲਾਰੈਂਸ ਬਿਸ਼ਨੋਈ ਦੇ ਗਰੁੱਪ ਦੇ ਵੱਲੋਂ ਗੇਪੀ ਗਰਿਆਲ ਦੇ ਉੱਪਰ ਗੋਲੀਆਂ ਚਲਾਈਆਂ ਗਿਆ ਨੇ ਤਾਂ ਤੁਹਾਨੂੰ ਦੱਸ ਦਿਆਂ ਕਿ ਇਹ ਇਸ ਦੇ ਨਾਲ ਹੀ ਗਿੱਪੀ ਗਰਿਆਲ ਦੇ ਵੱਲੋਂ ਲਗਾਤਾਰ ਫਿਲਮਾਂ ਬਣਾਈਆਂ ਜਾ ਰਹੀਆਂ ਸੀ ਹਾਲਾਂਕਿ ਹਲੇ ਤੱਕ ਵੀ ਗਿੱਪੀ ਗਰਿਆਲ ਕੋਈ ਕਿਸੇ ਵੀ ਕੌਂਟਰੋਵਰਸੀ ਦਾ ਹਿੱਸਾ ਨਹੀਂ ਬਣੇ ਗਿੱਪੀ ਗਰਿਆਲ ਲਗਾਤਾਰ ਆਪਣਾ ਕੰਮ ਕਰ ਰਹੇ ਸੀ ਪਰ ਇਸੇ ਦੇ ਚੱਲਦੇ ਗਿੱਪੀ ਗਰਿਆਲ ਦੇ ਘਰ ਦੇ ਉੱਪਰ ਤਾਬੜ ਤੋੜ ਫਾਇਰਿੰਗ ਹੋ ਜਾਂਦੀ ਹੈ ਇੱਕ ਨਹੀਂ ਦੋ ਨਹੀਂ ਬਲਕਿ 10 ਗੋਲੀਆਂ ਚਲਾਈਆਂ ਜਾਂਦੀਆਂ ਨੇ ਹਾਲਾਂਕਿ ਬਚਾਈ ਰਹਿ ਜਾਂਦਾ ਕਿ ਉਹਨਾਂ ਦੇ ਕੋਈ ਪਰਿਵਾਰਕ ਮੈਂਬਰ ਉਸ ਵਕਤ ਬਾਹਰ ਨਹੀਂ ਹੁੰਦਾ ਜਿਨ੍ਹਾਂ ਦੇ ਉੱਪਰ ਕੋਈ ਗੋਲੀ ਨਹੀਂ ਲੱਗਦੀ ਪਰ ਉਹਨਾਂ ਦੀ ਲੈਂਬਰਗਿੰਨੀ ਗੱਡੀ ਜੋ ਕਿ ਹਲੇ 1-2 ਮਹੀਨੇ ਪਹਿਲਾਂ ਹੀ ਨਵੀਂ ਲਈ ਸੀ ਉਸ ਦੇ ਉੱਪਰ ਉਦਾਸ ਜੇ ਕਿ 10 ਗੋਲੀਆਂ ਟੋਟਲ ਚਲਾਈਆਂ ਗਈਆਂ ਨੇ ਜਸਦੇ ਵਿੱਚੋਂ ਕਿ ਚਾਰ ਗੋਲੀਆਂ ਗਿੱਪੀ ਗਰਿਆਲ ਦੀ ਲੈਂਬਰ ਕਿੰਨੀ ਦੇ ਉੱਪਰ ਲੱਗਦੀਆਂ ਨੇ ਵੱਡੀ ਖਬਰ ਆ ਰਹੀ ਹੈ ਕਿ ਪੰਜਾਬੀ ਗਾਇਕ ਗਿੱਪੀ ਗਰਿਆਲ ਦੇ ਘਰ ਦੇ ਉੱਪਰ ਤਾਬੜ ਤੋੜ ਫਾਇਰਿੰਗ ਕੀਤੀ ਗਈ ਆ ਪਰ ਇਸੇ ਦੇ ਨਾਲ ਫਾਇਰਿੰਗ ਤੋਂ ਕੁਝ ਸਮਾਂ ਬਾਅਦ ਇੱਕ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਵਾਇਰਲ ਹੋਣ ਲੱਗ ਜਾਂਦੀ ਹੈ ਜਿਸ ਦੇ ਵਿੱਚ ਕਿ ਲਿਖਿਆ ਹੋਇਆ ਕਿ ਜੋ ਵੀ ਇਸ ਦੇ ਉੱਪਰ ਫਾਇਰਿੰਗ ਹੋਈ ਆ ਉਸ ਦੀ ਜ਼ਿੰਮੇਵਾਰੀ ਲੌਰੈਂਸ ਬਿਸ਼ਨੋਈ ਦਾ ਗਰੁੱਪ ਲੈਂਦਾ ਪਰ ਇਸ ਪੋਸਟ ਦੀ ਜੋ ਜ਼ਿੰਮੇਵਾਰੀ ਹੈ ਇਸ ਪੋਸਟ ਦੀ ਪੁਸ਼ਟੀ ਸਾਡਾ ਅਦਾਰਾ ਨਹੀਂ ਕਰਦਾ ਪੰਜਾਬ న్యూਸ ਟੀਵੀ ਨਹੀਂ ਕਰ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਪੋਸਟ ਜਿਸ ਦੇ ਵਿੱਚ ਲਿਖਿਆ ਹੋਇਆ ਕਿ ਸਲਮਾਨ ਖਾਨ ਅਤੇ ਸਿੱਧੂ ਮੂਸੇਵਾਲੇ ਦੇ ਨਾਲ ਦੋਸਤੀ ਦੇ ਕਾਰਨ ਲਾਰੈਂਸ ਬਿਸ਼ਨੋਈ ਦੇ ਗਰੁੱਪ ਦੇ ਵੱਲੋਂ ਗਿੱਪੀ ਗਰੇਵਾਲ ਦੇ ਉੱਪਰ ਫਾਇਰੀ ਕੀਤੀ ਜਾ ਰਹੀ ਹੈ ਵੱਡੀ ਖਬਰ ਆ ਰਹੀ ਹੈ ਕਿਸੇ ਦੇ ਨਾਲ ਪੰਜਾਬੀ 뮤직 ਇੰਡਸਟਰੀ ਦੀ ਇੱਕ ਵੀਡੀਓ ਡਾਇਰੈਕਟਰ ਦੇ ਘਰ ਦੇ ਉੱਪਰ ਵੀ ਗੋਲੀਆਂ ਚਲਾਈਆਂ ਗਈਆਂ ਨੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ